दिल्ली दे विच मोर्चा लगातार जारी है। खेती कानूनों रद्द करवाउण दी मंग नूं लैके किसान लगातार डटे हुए ने। किसान मजदूर संघर्ष कमेटी भी इत्थे इसे ही मंग नूं लैके डटी हुई है और यही गल कह रही है कि सरकार जिन्नी देर तक गल नहीं मनदी वापस नहीं जाणगे। हालांकि हुण खेतीबाड़ी सकत्तर दे वल्लों एक चिट्ठी जिहड़ी है किसानां दे नां जारी की गई है, उस दे विच पुरानियां मीटिंगां दा हवाला भी दिता गया और अगे यह भी गल कही गई है कि दोबारा सरकार गलबात दे लई तैयार है और सद्दा हुण जिहड़ा किसानां नूं इह कह के दिता गया कि तरीक किसान तय करनगे कि किस दिन मीटिंग की जाए, उस दे विचों की कुछ निकलेगा। गलबात करांगे किसान मजदूर संघर्ष कमेटी दे आगू जिहड़े सरवण सिंह मधेर साडे नाल ने, उहनां दे नाल गलबात करदे आं और जाणदे आं कि उह इस चिट्ठी दे बारे की सोचदे आ। चिट्ठी पहुँच गई जी सरकार दे वल्लों जो आई है? देखो सानू सद्दी कदे मेल नहीं है, सानू प्रेस जां सीआईडी राही पता लगता हुंदा, सानू व्हाट्सएप ते आ गई रात ही भी आई है चिट्ठी। की आ चिट्ठी दे विच निकलिया कोई खास वखरा कुछ लग रहा भी हुण जो मीटिंगां हुण तक हो के हटियां उहनां तों कुछ अलग होऊगा? नहीं, चिट्ठी विच सारियां गल्लां उही ने। एक गल उहनां ने कही आ भी तुहाडी गल डिटेल च नहीं आई, भी शॉर्ट आई आ, पर असीं तुहाडे माध्यम नाल कहना चाहुंदे आ भी की सरकार नूं इह गल दा नहीं पता ਵੀ ਅਸੀਂ ਖੇਤੀ ਦੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਬਿਜਲੀ ਵਾਲਾ ਐਕਟ ਆ ਜਾਂ ਪੋਲੂਸ਼ਨ ਵਾਲਾ ਜਾਂ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਐਕਟ ਲੈ ਕੇ ਆਓ, ਇਹ ਪਤਾ ਹੀ ਆ ਅਸੀਂ ਇਹ ਮੰਗ ਕਰ ਰਹੇ। ਇਹਦੇ 'ਤੇ ਲਿਖ ਕਿਹਦੇ ਨਾਲ ਆਈ ਕਿਹੜੀ ਗੱਲ ਆ, ਇਹ ਤਾਂ ਕੋਈ ਨਵੀਂ ਨਹੀਂ ਲੱਗਦੀ। ਮੀਟਿੰਗ ਕਿਹਦੇ ਨਾਲ ਹੋਊਗੀ, ਕੌਣ ਐਡਰੈਸ ਕਰੂਗਾ, ਇਹ ਵੀ ਚਿੱਠੀ 'ਚ ਜ਼ਿਕਰ ਹੈ ਨਹੀਂਗਾ। ਚਲੋ ਜੇ ਗ੍ਰਹਿ ਮੰਤਰੀ ਨਾਲ ਮੀਟਿੰਗ ਫੇਲ ਹੋ ਚੁੱਕੀ ਆ, ਉਹ ਮੀਟਿੰਗ 'ਚ ਕਹਿ ਚੁੱਕੇ ਆ ਵੀ ਸਾਡੀ ਇੱਜ਼ਤ ਦਾ ਸਵਾਲ ਆ, ਅਸੀਂ ਕਾਨੂੰਨ ਵਾਪਸ ਨਹੀਂ ਲੈਣੇ, ਤਾਂ ਫਿਰ ਗ੍ਰਹਿ ਮੰਤਰੀ ਤੋਂ ਥੱਲੇ ਕੋਈ ਗੱਲ ਕਰੂਗਾ ਤਾਂ ਉਹਦੀ ਮੀਟਿੰਗ ਦਾ ਤੁੱਕ ਹੀ ਰਹੂਗੀ, ਜਾਂ ਕੀ ਪ੍ਰਧਾਨ ਮੰਤਰੀ ਮੀਟਿੰਗ ਕਰਨਗੇ, ਫਿਰ ਸੋਚਣਾ ਸੌਖਾ ਹੋਜੂ, ਉਹਦੇ 'ਚ ਕੁਛ ਨਹੀਂ ਹੈ। ਉਹ ਕਹਿਣ ਦੇ ਤੁਸੀਂ ਸਮਾਂ ਅਤੇ ਡੇਟ ਤੈਅ ਕਰੋ, ਭਲਾ ਫਰਿਆਦੀ ਵੀ ਕਦੀ ਡੇਟਾਂ ਤੈਅ ਕਰਦੇ ਹੁੰਦੇ ਆ? ਤੁਹਾਡੇ ਦਰ 'ਤੇ ਖੜ੍ਹੇ ਆ, ਮਹੀਨਾ ਹੋ ਗਿਆ, ਤੁਸੀਂ ਭਾਈ ਰਾਜੇ ਜੇ, ਤੈਅ ਤਾਂ ਤੁਸੀਂ ਕਰਨਾ, ਤੁਸੀਂ ਉਹਦੇ 'ਚ ਏਜੰਡਾ ਤੈਅ ਕਰੋ ਵੀ ਖੇਤੀ ਦੇ ਕਾਨੂੰਨ ਵਾਪਸ ਲੈਣ ਲਈ ਮੀਟਿੰਗ ਹੋਊਗੀ, ਆਵਾਂਗੇ। ਠੀਕ ਹੈ ਜੀ, ਤਾਂ ਅਜਿਹੀਆਂ ਕੋਈ ਗੱਲਾਂ ਚਿੱਠੀ 'ਚ ਨਹੀਂ ਹੈਗੀਆਂ। ਸਿਰਫ ਮੈਨੂੰ ਜੋ ਲੱਗਦਾ ਵੀ ਮੀਡੀਆ ਵਿੱਚ ਬਣੇ ਰਹਿਣ ਲਈ ਪ੍ਰਚਾਰ ਪ੍ਰੋਪੋਗੰਡਾ ਹੁੰਦਾ ਰਹੇ ਅਤੇ ਲੋਕਾਂ ਨੂੰ ਇਹ ਵਿਖਾਉਣ ਲਈ ਵੀ ਸਰਕਾਰ ਸੀਰੀਅਸਨੈਸ ਹੈਗੀ ਆ, ਉਹ ਗੱਲਬਾਤ ਲਈ ਤਿਆਰ ਆ। ਦੂਜੇ ਬੰਨੇ ਕਹਿ ਦੇਣਾ ਵੀ ਅਸੀਂ ਬਿੱਲ ਵਾਪਸ ਨਹੀਂ ਲੈਣੇ, ਤਾਂ ਇਹ ਦੋਵੇਂ ਚੀਜ਼ਾਂ ਆਪਸੀ ਮੇਲ ਨਹੀਂ ਖਾਂਦੀਆਂ। ਸੋ ਇਕੱਲਾ ਲੋਕਾਂ ਨੂੰ ਵਿਖਾਉਣ ਵਾਸਤੇ, ਲੋਕਾਂ ਦਾ ਦਬਾਅ ਘੱਟ ਕਰਨ ਵਾਸਤੇ ਵੀ ਕਿਸਾਨ ਅਤੇ ਵਿਖਾਉਣਾ, ਇਹ ਵੀ ਕਿਸਾਨ ਅੜੀਅਲ ਨੇ, ਫਰਿਆਦੀ ਥੋੜ੍ਹੇ ਅੜੀਅਲ ਹੁੰਦੇ ਹੁੰਦੇ ਆ। ਫਰਿਆਦੀਆਂ ਕੋਲ ਤਾਂ ਕੋਈ ਚਾਰਾ ਹੀ ਨਹੀਂ ਹੁੰਦਾ, ਸਾਡੇ ਕੋਲ ਕੀ ਚਾਰਾ ਬੰਦ ਹੋਣ ਤੋਂ ਇਲਾਵਾ? ਸੋ ਉਹਨਾਂ ਦੀ ਚਿੱਠੀ ਵਿੱਚ ਕੁਛ ਵੀ ਨਹੀਂ ਹੈਗਾ, ਜਿਹੜਾ ਹੈਗਾ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ। ਇੱਕ ਪਾਸੇ ਸਰਕਾਰ ਚਿੱਠੀਆਂ ਭੇਜ ਰਹੀ ਆ ਗੱਲਬਾਤ ਦੇ ਲਈ ਤਿਆਰੀ ਦੀ ਗੱਲ ਕਹਿੰਦੀ ਆ, ਦੂਜੇ ਪਾਸੇ ਜਿਹੜੇ ਕਿਸਾਨਾਂ ਦਾ ਸਮਰਥਨ ਕਰਦੇ ਆ, ਚਲੋ ਕਿਸਾਨ ਤਾਂ ਡਟੇ ਹੀ ਹੋਏ ਆ, ਆੜ੍ਹਤੀਏ ਵੀ ਨਾਲ ਡਟੇ ਹੋਏ ਆ, ਗਾਇਕ ਵੀ ਉਹਨਾਂ ਦਾ ਹਿੱਸਾ ਬਣੇ ਆ ਜਾਂ ਹੋਰ ਵੀ ਜਿਹੜੇ ਲੋਕ ਨੇ, ਤਾਂ ਉਹਨਾਂ ਦੇ ਉੱਤੇ ਰੇਡ ਪਾਈਆਂ ਜਾ ਰਹੀਆਂ ਨੇ, ਪੰਜਾਬ ਦੀ ਗੱਲ ਕਰੀਏ ਜਾਂ ਫਿਰ ਹੋਰਨਾਂ ਸੂਬਿਆਂ ਦੇ ਵਿੱਚ ਵੀ, ਤਾਂ ਕੀ ਲੱਗਦਾ ਮਨਸ਼ਾ ਜਿਹੜੀ ਸਰਕਾਰ ਦੀ, ਇੱਕ ਪਾਸੇ ਗੱਲਬਾਤ ਦੀ ਹੈ, ਦੂਸਰੇ ਪਾਸੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ? ਹਾਂ, ਸਹੀ ਆ ਤੁਹਾਡੀ ਗੱਲ, ਆੜ੍ਹਤੀਆਂ ਨਾਲ ਬਦਲੇ ਦੀ ਭਾਵਨਾ ਨਾਲ ਇਹ ਵਰਤਾਰਾ ਵਰਤਿਆ, ਇਹਨਾਂ ਦੀ ਅਕਾਲੀ ਭਾਜਪਾ ਦੀ ਸਰਕਾਰ ਦੱਸ ਆ ਰਹੀ ਆ, ਤੁਸੀਂ ਜੇ ਕੋਈ ਗਲਤੀ ਸੀ ਤਾਂ ਉਦੋਂ ਕਿਉਂ ਨਾ ਕੀਤਾ, ਹੁਣ ਹੀ ਕੋਈ ਕੀਤਾ? ਉਹਨਾਂ ਨੂੰ ਵੀ ਲੱਗਿਆ ਵੀ ਸਾਡਾ ਕਿੱਤਾ ਨੁਕਸਾਨ ਆ, ਉਹ ਬਰਾਬਰ ਦੇ ਲੜੇ ਆ, ਸੋ ਸਾਡੀ ਸਪੋਰਟ ਤੋੜਨ ਦੀ ਗੱਲ ਆ, ਘੇਰਾ ਖਤਮ ਕਰਨ ਦੀ ਗੱਲ ਆ, ਇਹ ਨਿੰਦਣਯੋਗ ਆ। ਭਾਵੇਂ ਕੈਪਟਨ ਸਾਹਿਬ ਨੇ ਇਹਦਾ ਵਿਰੋਧ ਕੀਤਾ, ਪਰ ਉਹਨਾਂ ਦੀ ਸਟੇਟ ਦੇ ਵਿੱਚ ਛਾਪੇ ਕਿਵੇਂ ਵੱਜ ਰਹੇ ਨੇ, ਲਾਅ ਐਂਡ ਆਰਡਰ ਤਾਂ ਉਹਨਾਂ ਦੇ ਹੱਥ 'ਚ ਆ, ਇਹ ਸਵਾਲ ਤਾਂ ਜ਼ਰੂਰ ਖੜੇ ਕਰਦਾ ਵਾ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਬਾਕੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਹਰਿਆਣਾ ਦੇ ਵਿੱਚ ਟੋਲ ਪਲਾਜ਼ਾ ਰੋਕੇ ਜਾਣਗੇ, 23 ਤਰੀਕ ਨੂੰ ਕਿਸਾਨ ਦਿਹਾੜਾ ਮਨਾਇਆ ਜਾਏਗਾ, ਹੋਰ ਵੀ ਕਈ ਐਲਾਨ ਜਿਹੜੇ ਕੀਤੇ ਗਏ ਆ। ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨਾਂ ਦਾ ਹਿੱਸਾ ਹੀ ਆ, ਉਹ ਚੀਜ਼ਾਂ ਨਾਲ ਲਾਗੂ ਹੋਣਗੀਆਂ ਜਾਂ ਫਿਰ ਵੱਖਰਾ? ਆ ਬਿਲਕੁਲ, ਜਿਹੜਾ ਅੰਦੋਲਨ ਆ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਮੋਦੀ ਦੇ ਖਿਲਾਫ਼, ਇਹ ਤਿੰਨ ਖੇਤੀ ਦੇ ਕਾਨੂੰਨ ਸਾਂਝੀਆਂ ਮੰਗਾਂ 'ਤੇ ਕੋਈ ਮਤਭੇਦ ਨਹੀਂ, ਲੜ ਰਹੇ ਹਾਂ। ਮੇਰੇ ਖਿਆਲ ਟੋਲ ਪਲਾਜ਼ਿਆਂ ਨੂੰ ਪਹਿਲਾਂ ਹੀ ਚੱਲ ਰਿਹਾ, ਇਹ ਕੋਈ ਨਵੀਂ ਗੱਲ ਨਹੀਂ, ਕਰਾਂਗੇ। ਵਿਦੇਸ਼ਾਂ ਵਿੱਚ 26-27 ਨੂੰ ਪ੍ਰਦਰਸ਼ਨ ਕੀਤੇ ਜਾਣ, ਅਸੀਂ ਪਹਿਲਾਂ ਅਪੀਲਾਂ ਕੀਤੀਆਂ ਹੋਈਆਂ, ਇਹ ਵੀ ਮਾੜੀ ਗੱਲ ਨਹੀਂ ਹੋਊਗਾ। ਠੀਕ ਹੈ ਜੀ, ਇਹ ਤੋਂ ਕਹਾਂ NDA ਦਾ ਵਿਰੋਧ ਹੋਵੇ, ਇਹ ਵੀ ਚੰਗੀ ਪੱਖ ਆ। ਅਸੀਂ ਜਦੋਂ ਪ੍ਰਧਾਨ ਮੰਤਰੀ ਜੀ ਬੋਲਣਗੇ, ਜੈਕਾਰੇ ਲਾਵਾਂਗੇ, ਨਾਰੇ ਲਾ ਲਾਂਗੇ, ਵਿਰੋਧ ਅਸੀਂ ਵੀ ਕਰਾਂਗੇ, ਸਾਡਾ ਸਟਾਈਲ ਆ ਹੋਊਗਾ। ਸਨ ਸਰਵਣ ਸਿੰਘ ਪੰਧੇਰ, ਜਿਸ ਤਰ੍ਹਾਂ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਈ ਐਲਾਨ ਕੀਤੇ ਗਏ ਆ, ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਮਨ ਕੀ ਬਾਤ ਕਰਨਗੇ ਤਾਂ ਅਸੀਂ ਥਾਲੀਆਂ ਵਜਾਵਾਂਗੇ,
ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਜੈਕਾਰੇ ਲਾ ਕੇ ਉਸ ਸਮੇਂ ਦੇ ਦੌਰਾਨ ਵਿਰੋਧ ਕਰਾਂਗੇ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਬਾਕੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੋਰ ਵਿਰੋਧ ਕਰਨ ਦੀ ਗੱਲ ਵੀ ਕਹੀ ਗਈ ਹੈ ਤਾਂ ਇਹਨਾਂ ਨੇ ਕਿਹਾ ਕਿ ਸਾਡਾ ਢੰਗ ਜ਼ਰੂਰ ਵੱਖਰਾ ਹੋਊਗਾ ਪਰ ਵਿਰੋਧ ਜਿਹੜਾ ਉਹ ਸਾਡੇ ਵੱਲੋਂ ਵੀ ਕੀਤਾ ਜਾਏਗਾ ਔਰ ਜਿਸ ਤਰ੍ਹਾਂ ਚਿੱਠੀ ਆਈ ਹੈ ਖੇਤੀਬਾੜੀ ਸਕੱਤਰ ਦੀ ਤਾਂ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਕੁਝ ਵੱਖਰਾ ਨਹੀਂ ਉਹੀ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਪੇਸ਼ ਕਰ ਦਿੱਤੀਆਂ ਗਈਆਂ ਨੇ ਔਰ ਜਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਤੇ ਜਿਹੜੇ ਸਮਰਥਨ ਕਰ ਰਹੇ ਨੇ ਕਿਸਾਨਾਂ ਦਾ ਤਾਂ ਫਿਰ ਗੱਲਬਾਤ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ ਕਿਉਂਕਿ ਇੱਕ ਪਾਸੇ ਕਾਰਵਾਈ ਹੋ ਰਹੀ ਹੈ ਔਰ ਦੂਸਰੇ ਪਾਸੇ ਗੱਲਬਾਤ ਦੀ ਗੱਲ ਹੋ ਰਹੀ ਹੈ ਤਾਂ ਇਹ ਦੋਗਲੀ ਨੀਤੀ ਹੈ ਦੋਹਰਾ ਚਿਹਰਾ ਜਿਹੜਾ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਆ ਸਰਕਾਰ ਦੇ ਵੱਲੋਂ ਕੈਮਰਾਮੈਨ ਮਨਤੇਸ਼ ਦੇ ਨਾਲ ਮੈਂ ਜਤਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਪੰਜਾਬ ਸ਼ੰਭੂ ਬਾਰਡਰ ਦਿੱਲੀ।